ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ਾਨ ਹੁਣ ਚੰਨ ਤੇ ਵੀ ਆਪਣੀ ਡਿਲੀਵਰੀ ਪਹੁੰਚਾਉਣ ਦਾ ਪਲਾਨ ਬਣਾ ਰਹੀ ਹੈ। ਕੰਪਨੀ ਦੇ ਮੁਖੀ ਜੈਫ ਬੇਜ਼ੋਜ਼ ਵੱਲੋਂ ਜਾਰੀ ਕੀਤੀ ਗਈ ਇੰਟਰਨਲ ਰਿਪੋਰਟ ਵਿੱਚ ਅਜਿਹੀ ਗੱਲ ਕਹੀ ਗਈ ਹੈ। ਰਿਪੋਰਟ 'ਚ ਆਖਿਆ ਗਿਆ ਕਿ ਉਹਨਾਂ ਦੀ ਕੰਪਨੀ ਦਾ ਚੰਨ ਤੇ ਵੀ ਬਸਤੀ ਵਸਾਉਣ ਲਈ ਲੈ ਕੇ ਜਾਣ ਵਾਲੇ ਸਮਾਨ ਦੀ ਡਿਲੀਵਰੀ 'ਚ ਅਹਿਮ ਯੋਗਦਾਨ ਹੋਵੇਗਾ। ਕੰਪਨੀ ਨੇ ਡਿਲੀਵਰੀ ਦੀ ਰਿਪੋਰਟ ਨਾਸਾ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੌਂਪੀ ਹੈ। ਕੰਪਨੀ ਨੇ ਇਸ ਨੂੰ ਅਰਥ ਤੋਂ ਮੂਨ ਸਰਵਿਸ ਦਾ ਨਾਂ ਦਿੱਤਾ ਹੈ। ਰਿਪੋਰਟ ਮੁਤਾਬਕ 2020 ਵਿੱਚ ਚੰਨ ਉੱਤੇ ਕੰਪਨੀ ਕਾਰਗੋ ਡਿਲੀਵਰੀ ਕਰਨ ਦੇ ਵਿੱਚ ਸਮਰੱਥ ਹੋਵੇਗੀ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।